ਜਿਹੜੀ ਸਰਕਾਰ ਆਈ ਹੈ ਲੁੱਟ ਕੇ ਗਈ ਆ ਇਸ ਜਨਤਾ ਚੁੱਪ ਰਹੀ ਹੈ ਪਰ ਹੁਣ ਜਨਤਾ ਜਿਹੜੀ ਤੇ ਬਾਕੀ ਜਿਹੜੀ ਗੱਲ ਤੁਸੀਂ ਸਾਡੇ ਬਾਪੂ ਜੀ ਨਾਲ ਠੰਡ ਦੀ ਕੀਤੀ ਆ ਜੇ ਅਸੀਂ ਹੁਣ ਠੰਡ ਨਾਲ ਮਤਲਬ ਜੂਝਾਂਗੇ ਜਾਂ ਠੰਡ ਦੇ ਨਾਲ ਜੂਝਣਾ ਸਿੱਖਾਂਗੇ ਤੇ ਤਾਂ ਹੀ ਕੋਈ ਹੱਕ ਲੈ ਸਕਦੇ ਬਿਲਕੁਲ ਕਿਤੇ ਕੋਈ ਅਸਰ ਜਿਹੜਾ ਕੇਂਦਰ ਸਰਕਾਰ ਤੇ ਅਸਰ ਨਹੀਂ ਹੋਇਆ ਪਰ ਜਿਹੜੇ ਹੱਕ ਆ ਉਹ ਸ਼ਹਾਦਤਾਂ ਦੇ ਕੇ ਹੀ ਮਿਲੇ ਨੇ ਅੱਜ ਤੱਕ ਉਹ ਤੇ ਸ਼ਹਾਦ ਮੋਦੀ ਸਾਹਿਬ ਨੂੰ ਇਹ ਸੁਨੇਹਾ ਹੈ ਕਿ ਜੋ ਬਣਦਾ ਹੱਕ ਆ ਉਹ ਦਿੱਤਾ ਜਾਵੇ ਕਾਲੇ ਕਾਨੂੰਨ ਵਾਪਸ ਲੈ ਲਏ ਜਿਹੜੇ ਸਾਲ 25 ਤੱਕ ਰਹੇ ਤੇ ਮਤਲਬ ਲੰਮਾ ਸਮਾਂ ਚੱਲੇ ਉਹਨਾਂ ਦੇ ਵਾਸਤੇ ਹੀ ਗੁਰੂ ਰੇਲਵੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਦੇ ਬਾਹਰ ਜੋ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਜੋ ਲਗਾਤਾਰ ਇਸੇ ਠੰਡ ਹੈ ਭਾਵੇਂ ਲੋਕ ਆਮ ਲੋਕ ਜੋ ਨੇ ਉਹ ਘਰਾਂ ਚੋਂ ਰਜਾਈਆਂ ਚੋਂ ਬਾਹਰ ਨਿਕਲਣ ਤੋਂ ਵੀ ਫੇਰੀ ਚੱਕ ਦੇਗੇ ਸਰਕਾਰ ਸਾਨੂੰ ਸਰਕਾਰ ਦੀਆਂ ਜਿਹੜੀਆਂ ਸੋਧਾ ਸਾਧਾ ਬਿਲਕੁਲ ਆਪਣੀ ਅੜੀ ਤਿਆੜੀ ਆ ਤੇ ਕਿਸਾਨ ਆਪਣੇ ਹੱਕ ਲੈਣ ਵਾਸਤੇ ਕੇਂਦਰ ਦੇ ਵੱਲੋਂ ਜਿਹੜੇ 3 ਬਿੱਲ ਕਿਸਾਨਾਂ ਦੇ ਉੱਤੇ ਥੋਪੇ ਗਏ ਨੇ ਅੱਜ ਪ੍ਰਦਰਸ਼ਨ ਵੱਖਰੇ ਦੇਖ ਰਹੇ ਵੱਖਰੇ ਵੱਖਰੀ ਇਲਾਕਿਆਂ ਦੇ ਵਿੱਚ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੀ ਅੱਜ ਜੋ ਅਸੀਂ ਕੱਪੜੇ ਲਾ ਕੇ ਪ੍ਰਦਰਸ਼ਨ ਕਰ ਰਹੇ ਹਾਂ ਮੋਦੀ ਸਰਕਾਰ ਨੂੰ ਦਰਸਾ ਰਹੇ ਹਾਂ ਕਿ ਤੂੰ ਸਾਨੂੰ ਮਾਰੂ ਨੀਤੀਆਂ ਨਾਲ ਸਾਨੂੰ ਨੰਗ ਪੰਗ ਬਣਾ ਰਿਹਾ ਵਾ ਅਤੇ ਇਹ ਤੇਰੀਆਂ ਨੀਤੀਆਂ ਦਾ ਇਹ ਅਸਰ ਹੋਊਗਾ ਵੀ ਲੋਕ ਬਿਲਕੁਲ ਆਰਥਿਕ ਤੌਰ 'ਤੇ ਨੰਗ ਪੰਗ ਹੋ ਜਾਣਗੇ ਅਤੇ ਮੋਦੀ ਸਰਕਾਰ ਨੂੰ ਇਹ ਕਾਨੂੰਨਾਂ ਤੋਂ ਪਿੱਛੇ ਹਟਣਾ ਚਾਹੀਦਾ ਵਾ ਕੜਾਕੇ ਦੀ ਠੰਡ ਵੀ ਕਾਫੀ ਪੈ ਰਹੀ ਹੈ ਧੁੰਦ ਵੀ ਕਾਫੀ ਜਿਹੜੀ ਡਿਗਰੀ ਜਿਹੜੀ ਵਧਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਇਸ ਠੰਡ ਦੀ ਅਸੀਂ ਪਰਵਾਹ ਨਹੀਂ ਕਰਦੇ ਅੱਜ ਦੀ ਰਾਤ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਸਰਸਾ ਨਦੀ 'ਤੇ ਵਿਛੋੜਾ ਪਿਆ ਸੀ ਅਤੇ ਅਸੀਂ ਉਹਨਾਂ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਵਾਰਸ ਹਾਂ ਅਤੇ ਅਸੀਂ ਇਹ ਠੰਡ ਸਾਡੇ ਲਈ ਕੁਛ ਨਹੀਂ ਹੈ ਸਾਡੇ 90-90 ਸਾਲ ਦੇ ਬਜ਼ੁਰਗ ਵੀ ਇਸ ਧਰਨਿਆਂ ਦੇ ਵਿੱਚ ਬੈਠੇ ਆ ਅਤੇ ਨੌਜਵਾਨ ਨੂੰ ਜਿਸ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਿਹਾ ਜਾ ਰਿਹਾ ਸੀ ਉਹ ਨੌਜਵਾਨ ਅੱਜ ਪਹਿਲਕਦਮੀ ਕਰਕੇ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਵੱਡਿਆਂ ਨਾਲ ਹਰ ਸੰਘਰਸ਼ ਦੇ ਵਿੱਚ ਗਾੜੀ ਅਸੀਂ ਪਹਿਲਕਦਮੀ ਕਰਾਂਗੇ ਅਤੇ ਇਸ ਸੰਘਰਸ਼ ਨੂੰ ਜਿੱਥੋਂ ਤੱਕ ਸਾਡੇ ਆਗੂ ਕਹਿਣਗੇ ਅਸੀਂ ਲੈ ਕੇ ਜਾਵਾਂਗੇ ਹਾਂਜੀ ਕੀ ਨਾਮ ਹੈ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਆਗੂ ਮੇਹਰ ਸਿੰਘ ਤਲਵੰਡੀ ਬੋਲਦਾ ਇਹ ਕਿੰਨੇ ਦਿਨ ਹੋ ਗਿਆ ਤੁਹਾਨੂੰ ਅੱਜ ਬੈਠੇ ਹੋਏ ਇੱਥੇ ਪ੍ਰਦਰਸ਼ਨ ਕਰਦੇ ਲਗਭਗ 92 ਦਿਨ ਹੋ ਗਏ ਅੱਜ ਜਿਹੜਾ ਰੇਲਾਂ 'ਤੇ ਸਾਡਾ ਪ੍ਰੋਡਕਟ ਸੀ ਉਹ ਚੱਲ ਰਿਹਾ ਜੀ ਅਤੇ ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਕਿ ਜਾਗਰੂਕ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪੂਰੇ 2000 ਤੋਂ ਲੈ ਕੇ ਅੱਜ ਤੱਕ ਸੰਘਰਸ਼ ਦੇ ਵਿੱਚ ਕਿਉਂਕਿ ਜਿਹੜੀਆਂ ਲੋਕ ਮਾਰੂ ਨੀਤੀਆਂ ਵਾ ਉਹ ਜਕਦਮ ਨਹੀਂ ਕਣੀਆਂ ਜਾਂਦੀਆਂ ਜਿਵੇਂ ਕਿ ਜੇ ਪਿੱਛੇ ਇਤਿਹਾਸ ਜੇ ਮਾਰੀਏ ਨਾ ਨਿਗਾਹ ਦੇ 1902 ਦੇ ਵਿੱਚ ਇੱਕ ਅੰਗਰੇਜ਼ਾਂ ਵੱਲੋਂ ਨੀਤੀ ਘੜੀ ਗਈ ਸੀ ਕਿ ਇਹ ਜਿਹੜਾ ਪੈਲੀਆਂ ਤੋਂ ਖੋਲੀਏ ਉਹ 2006 ਦੇ ਵਿੱਚ ਆ ਕੇ ਲਾਗੂ ਹੋਈ ਸੀ ਅਤੇ ਉਦੋਂ ਪੂਰੇ 9 ਮਹੀਨੇ ਸੰਘਰਸ਼ ਚੱਲਿਆ ਸੀ ਅਤੇ ਅੰਗਰੇਜ਼ਾਂ ਨੂੰ ਵਾਪਸ ਜਾਣਾ ਪਿਆ ਸੀ ਅਤੇ ਇਹੋ ਜਿਹਾ ਉਹ ਲੋਕਾਂ ਦਾ ਗਠਜੋੜ ਹੋਇਆ ਕਿ ਜੇ ਮੈਂ ਕਿਤੇ ਵੀ ਗੱਲ ਰੋਕ ਕੇ ਕਹਿ ਦੇਵਾਂ ਤੁਹਾਡੇ ਮੱਥੇ ਕਿ ਮੋਦੀ ਜੀ ਨੂੰ ਵਧਾਈ ਵੀ ਦੇਣੀ ਚਾਹੁੰਦਾ ਵਾਂ ਕਿਉਂਕਿ ਸਾਥੀਓ ਜਿਹੜੇ ਲੋਕ ਸੁੱਤੇ ਸੀ ਜਿਹੜੇ ਪੰਜਾਬ ਨੂੰ ਭੰਡਿਆ ਜਾ ਰਿਹਾ ਸੀ ਕਿ 6ਵਾਂ ਦਰਿਆ ਚੱਲ ਗਿਆ ਵਾ ਅੱਜ ਉਸ ਪੰਜਾਬ ਦੇ ਨੌਜਵਾਨਾਂ ਨੇ ਜਿਵੇਂ ਪੂਣੀਆਂ ਫੜ ਕੇ ਸੁੱਟ ਦੀ ਜੀ ਨਾ ਇੱਧਰਾਂ ਪੱਥਰ ਫੜ ਫੜ ਕੇ ਸੁੱਟੇ ਹਰਿਆਣੇ ਦੇ ਬਾਰਡਰਾਂ ਤੋਂ ਸਾਬਤ ਹੋ ਗਿਆ ਕਿ ਪੰਜਾਬ ਨੂੰ ਜਿਹੜੀ ਕਿ ਆਪਣੀ
लीडरशिप आ ये पंड रही है। पंजाब दे विच नशा नहीं है, नौजवान अज भी शेरां वांगू खलोते आ, पर इनू पंडिया जा रहा वा बहुत। पंडर वाला कौन? आर एस एस, क्योंकि साडा पंजाब बार्डर ते लगदा वा, सब कुछ इन्हां दा सी, मोदियां दा, अडवाणियां दा, अंबानियां दा, इहो ही लियांदे सी पंजाब जिहो वेचदे सी। अज साफ गल हो चुकी आ, ते जिहड़ा साडा भाईचारा वा, सब तो वड्डी सानू जित इह आ कि साडा भाईचारा इकट्ठा हो गया वा। पूरे भारत दे लोक 135 करोड़ लोग पूरे भारत दा इक मंच ते इकट्ठा हो गया वा, ऐ मोदी नू सबक सिखा देंदे, इह तां भाजपा नू पिंडां च नहीं वड़न देंदे। अज वक्खरे प्रदर्शन कीता गया, वक्खरे वक्खरे सूबिआं दे विच प्रदर्शन कीते जा रहे आ, ते लगदा कि केंद्र दी गूंज हो सकती है कि नीवी हो सकती, जिहड़ा धौं च सरिया मोदी ते फसिआ होइआ। वेखो जी, होऊगी, लोग राजा, लोग वड्डे होऊगी, इहदे ते कांग्रेस मन चुकी आ, नीवी वी बिट्टू मन चुका वा। आपदी इंटरव्यू दे विच तेरे दूजे नाल अपने नाल जिहड़ा उह बोलदा वा, ਗਰੇਵਾਲ ਨੂੰ ਕਹਿ ਚੁੱਕਾ ਕਿ ਸਾਨੂੰ ਜਿਹੜੀਆਂ ਪੋਲੀਟਿਕ ਪਾਰਟੀਆਂ ਵਾ ਇਹਨਾਂ ਨੂੰ ਲੋਕਾਂ ਘਰਾਂ 'ਚ ਨਹੀਂ ਵੜਨ ਦੇਣਾ, ਸਾਨੂੰ ਛੇਤਰ ਪੈਂਦੇ ਮੰਨ ਚੁੱਕਾ ਵਾ। ਇੱਕ ਚੀਜ਼ ਹੋਰ ਆਉਂਦੀ ਹੈ, ਇਹ ਪਾਰਟੀਆਂ ਤਾਂ ਜਾ ਕੇ ਕਿਸਾਨਾਂ ਦੇ ਵਿੱਚ ਵਿਚਰੀਆਂ ਕਿ 2022 ਆ ਰਿਹਾ ਇਲੈਕਸ਼ਨਾਂ। ਦੇਖੋ, ਹਰ ਬੰਦਾ ਆਪੋ ਆਪਣੀ ਰੋਟੀਆਂ ਸੇਕ ਰਿਹਾ। ਚਾਹੀਦਾ ਕੀ ਸੀ? ਇਹ 8 ਮਹੀਨੇ ਪਹਿਲਾਂ ਜਦੋਂ ਮੀਟਿੰਗ ਹੋਈ ਸੀ ਇਹਨਾਂ ਕਾਨੂੰਨਾਂ 'ਤੇ, ਅਸਲ 'ਤੇ ਇਹ ਚਾਹੀਦਾ ਕਿ ਜਿਹੜੇ 117 ਬੁੰਨਿਆਂ ਦੀ ਫੌਜ ਅਸੀਂ ਪੰਜਾਬ ਦੇ ਵਿੱਚੋਂ ਇਹ ਭੁਲੇਖਾ ਖਾ ਕੇ ਬਣਾਈ ਕਿ ਜਿਹੜੀ ਕਾਂਗਰਸ ਆ ਸ਼ਾਇਦ ਚੰਗਾ ਕੰਮ ਕਰ ਜੇ, ਕਿਉਂਕਿ ਅਕਾਲੀ ਜਿਹੜੇ ਫੇਲ ਹੋ ਚੁੱਕੇ ਆ, ਉਹਨਾਂ ਨੂੰ 10 ਸਾਲ ਰਾਜ ਦਿੱਤਾ, ਅਕਾਲੀ ਫੇਲ ਹੋ ਗਏ, ਫੇਲ ਹੋਣ ਦਾ ਕਾਰਨ ਕਾਂਗਰਸ ਦੀ ਜਿੱਤ ਹੋ ਗਈ। ਇਹਨਾਂ ਨੇ ਕਿਤੇ ਆਵਾਜ਼ ਨਹੀਂ ਉਠਾਈ, ਨਹੀਂ ਤਾਂ 117 ਦਿੱਲੀ ਜਾ ਕੇ ਬਹਿ ਜਾਂਦੇ। ਆ ਜਿਹੜੀਆਂ 30-35 ਮੌਤਾਂ ਹੋ ਗਈਆਂ, ਹੋਣ ਦੀ ਲੋੜ ਨਹੀਂ, ਦਾ ਕਾਰਨ ਇਹ ਆ ਕਿਉਂਕਿ ਅਧਿਕਾਰ ਆ ਰਾਜਾਂ ਨੂੰ, ਸੂਬੇ ਨੂੰ ਅਧਿਕਾਰ ਆ, ਸੂਬਾ ਉਹਦੀ ਆਵਾਜ਼ ਉਠਾ ਸਕਦਾ, ਪਰ ਇਹਨਾਂ ਕਿਸੇ ਆਵਾਜ਼ ਨਹੀਂ ਉਠਾਈ। ਇਹ 13 ਦੇ 13 ਗੁੰਮ ਰਹੇ, ਅੱਜ ਉਹਦਾ ਖਰਿਆਜਾ ਜਿਹੜਾ ਵਾ ਉਹ ਪੰਜਾਬ ਦੇ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭੁਗਤਣਾ ਪੈਣਾ। ਜੇ ਗੱਲ ਕੀਤੀ ਕਾਂਗਰਸ ਦੀ, ਕਾਂਗਰਸ ਦੇ ਵਰਕਰ ਉੱਥੇ ਜਾ ਕੇ ਬੈਠੇ ਨੇ, ਪਰ ਉਹ ਪੱਤਰਕਾਰਾਂ ਦੇ ਹੱਥ ਫੜਦੇ ਫਿਰਦੇ ਨੇ, ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਉਹਨਾਂ ਦੇ ਉੱਤੇ ਹੱਥ ਪਿਆ, ਇਹਦਾ ਕੀ ਜਵਾਬ ਦਿੰਦਾ? ਹੁਣ ਵੇਖੋ, ਮੈਂ ਜਵਾਬ ਦਿੰਦਾ, ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨਾਲ, ਅੱਜ ਕਿੰਨੀ ਤਰੀਕ ਹੋ ਗਈ ਆ? ਅੱਜ ਹੋ ਗਈ ਆ 24 ਤਰੀਕ। 20 ਤਰੀਕ ਦੇ ਕੈਪਟਨ ਸਾਹਿਬ ਨੇ ਡੀਸੀਆਂ ਨੂੰ ਹੁਕਮ ਦਿੱਤੇ ਆ ਕਿ ਕਿਸਾਨਾਂ ਨੂੰ ਕਿਸੇ ਨੂੰ ਟੈਂਟ ਨਹੀਂ ਲੈਣ ਦੇਣਾ, ਜਿਹੜਾ ਟੈਂਟ ਦਊਗਾ ਉਹ 'ਤੇ ਪਰਚਾ ਦਿਓ। ਇਹ ਵੀ ਗੱਲ ਬਾਹਰ ਨਹੀਂ ਆਈ ਹੋਣੀ, ਪਰ 20 ਤਰੀਕ ਦੇ ਮੀਟਿੰਗ ਬੁਲਾ ਕੇ ਅਤੇ ਇਹਨੇ ਕੈਪਟਨ ਸਾਹਿਬ ਨੇ ਡੀਸੀਆਂ ਨੂੰ, ਤਰਨ ਡੀਸੀ ਨੂੰ ਦਿੱਤਾ। ਮੇਰੇ ਕੋਲ ਪਰੂਫ ਹੈਗਾ ਵਾ ਕਿ ਇਹਨਾਂ ਨੇ ਹੁਕਮ ਦਿੱਤੇ ਆ ਕਿ ਇਹਨਾਂ ਨੂੰ ਟੈਂਟ ਨਹੀਂ ਦੇਣਾ, ਇਹਨਾਂ ਨੂੰ ਕੋਈ ਭਾਂਡਾ ਨਹੀਂ ਦੇਣਾ, ਭਾਂਡਾ ਦਊ ਇਹਨਾਂ ਨੂੰ ਉਹਨਾਂ 'ਤੇ ਪਰਚਾ ਹੋਊਗਾ। ਇਹ ਸਾਡੇ ਨਾਲ ਆ, ਇਹ ਜੁਮਲਾਬਾਜ਼ੀਆਂ ਵਾ ਸਾਰੀਆਂ। ਗੱਲ ਫਿਰ ਘੁੰਮ ਕੇ ਆ ਗਈ, ਉਹੀ ਸਵਾਲ ਜਿਹੜਾ ਪੱਤਰਕਾਰ ਨੇ ਡਿੰਪੇ ਕੋਲ ਪੁੱਛਿਆ ਗਿਆ, ਅਤੇ ਉਹਦੇ ਵੱਲੋਂ ਜਿਹੜਾ ਕਿ ਇੱਕ ਮਹਿਲਾ ਦੇ ਉੱਤੇ ਹਮਲਾ ਕੀਤਾ ਗਿਆ, ਪੱਤਰਕਾਰ ਬਖਲਾਏ ਹੋਏ ਆ, ਦੀਦਾ ਵਾ ਕੁਛ ਨਹੀਂ ਹੈਗਾ ਪੱਲੇ, ਜਦੋਂ ਬੰਦੇ ਦੇ ਪੱਲੇ ਕੁਛ ਨਹੀਂ ਰਹਿੰਦਾ ਤਾਂ ਫਿਰ ਉਹ ਪਾਗਲਪਣ ਆ ਜਾਂਦਾ ਵਾ। ਡੈਂਪਾ ਤਾਂ ਇੱਕ ਪੱਠੇ ਪਾਉਣ ਦੇ ਯੋਗ ਨਹੀਂ ਹੈਗਾ, ਇਹਨੂੰ ਮੇਰੇ ਵਰਗਾ ਤਾਂ ਪੱਠੇ ਪਾਉਣ ਨੂੰ ਨਾ ਰੱਖੇ, ਪਰ ਮਤ ਮਾਰੀ ਸਾਡੀ, ਕਿਉਂਕਿ ਅਸੀਂ ਲੋਕ ਜਿਹੜੇ ਅਸੀਂ ਲਕੀਰ ਦੇ ਫਕੀਰ ਹਾਂ, ਅਸੀਂ ਇਨਸਾਨੀਅਤ ਭੁੱਲ ਕੇ ਅਤੇ ਬਣ ਗਏ ਅਕਾਲੀ ਅਤੇ ਕਾਂਗਰਸੀ, ਇਨਸਾਨੀਅਤ ਛੱਡਤੀ। ਅੱਜ ਮੈਂ ਵਧਾਈ ਦੇਣੀ ਚਾਹੁੰਦਾ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਜਾਗ ਕੀ ਆ, ਕਿ ਮੈਂ ਮਜ਼ਦੂਰ ਹਾਂ, ਮੈਂ ਕਿਸਾਨ ਹਾਂ, ਕੋਈ ਮੋਦੀ, ਕੋਈ ਡਾਨੀ, ਕੋਈ ਬਾਨੀ ਨਹੀਂ ਰਹਿਣ ਦਿਆਂਗੇ, ਇਹ ਕੌਟਰ ਨੂੰ ਸਭ ਡਾ ਦਿਆਂਗੇ। ਇੱਥੇ ਰਾਜ ਕੇਵਲ ਅਤੇ ਕੇਵਲ ਮਜ਼ਦੂਰ ਦਾ ਅਤੇ ਕਿਸਾਨ ਦਾਊ ਦਾ, ਉਹਦੇ ਆਸਾਰ ਬਣ ਚੁੱਕੇ ਆ।